ਇਹ ਮੈਂ ਨਹੀਂ ਕਹਿੰਦੀ ਤੁਸੀਂ ਅਖਬਾਰ ਪੜ੍ਹਦੇ ਹੋ ਟੈਲੀਵਿਜ਼ਨ ਦੇਖਦੇ ਹੋ ਅੱਜ ਕੱਲ ਮੋਬਾਈਲ ਸਭ ਤੋਂ ਵੱਡਾ ਨਿਊਜ਼ ਹੈ ਕਿ ਢਿੱਡ ਬਨ ਕੇ ਮਾਪਿਆਂ ਦੀ ਸੀ ਪੜਨ ਸ਼ਹਿਰ ਨੂੰ ਕੱਲੀ ਆਸ਼ਕ ਦੇ ਨਾਲ ਘੁੰਮਦੀ ਫਿਰਦੀ ਅੱਧੀ ਰਾਤ ਨੂੰ ਕੱਲੀ ਕੁਝ ਨਾ ਸੋਚੇ ਪਿਓ ਦੀ ਪੱਗ ਤੇ ਮਾਂ ਦੀ ਚੁੰਨੀ ਵਾਰੇ ਕਹਿੰਦੇ ਲੱਖ ਲਾਣ ਤੋਂ ਉਸ ਧੀ ਦੇ ਜਿਹੜੀ ਅਨਪੜ੍ਹ ਮਾਪੇ ਚਾਰੇ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਜਿਹੜਾ ਕਿਸੇ ਦੀ ਮੁੱਛ ਦੇ ਵਾਰ ਕਰਦਾ ਨਾ ਉਹਨੂੰ ਇਹ ਵੀ ਸੋਚ ਲੈਣਾ ਚਾਹੀਦਾ ਵੀ ਹੋ ਸਕਦਾ ਕੋਈ ਹੋਰ ਸਾਡੀ ਮੁੱਛ ਤੇ ਵਾਰ ਕਰੀ ਜਾਂਦਾ ਹੋਵੇ ਕਹਿੰਦੇ ਕਿਸੇ ਮੁੰਡੇ ਨੇ ਕੁੜੀ ਨੂੰ ਗੋਲੀਆਂ ਦੇ ਦਿੱਤੀਆਂ ਕਹਿੰਦਾ ਆਪਦੇ ਸਾਰੇ ਟੱਬਰ ਨੂੰ ਗੋਲੀਆਂ ਦੇ ਦੀ ਤੇ ਤੂੰ ਮੈਨੂੰ ਮਿਲਣਾ ਬੜੀ ਕੌੜੀ ਤੇ ਸ਼ਿਕਸ਼ਾਦਾਇਕ ਗੱਲ ਉਹਨੇ ਗੋਲੀਆਂ ਫੜ ਲਈਆਂ ਕਹਿੰਦਾ ਜਾ ਘਰੇ ਜਾ ਗੋਲੀਆਂ ਫੜ ਕੇ ਸੋਚੀ ਗਈ ਕਹਿੰਦਾ ਕੀ ਸੋਚਦੀ ਹੈ ਘਰੇ ਜਾ ਰੋਟੀ ਚ ਪਾ ਕੇ ਸਾਰਿਆਂ ਨੂੰ ਦੁੱਧ ਚ ਪਿਆ ਤੇ ਤੂੰ ਮੇਰੇ ਕੋਲ ਆਉਣਾ ਕਹਿੰਦੀ ਜੀਤਿਆ ਮੈਨੂੰ ਇੱਕ ਗੱਲ ਦੀ ਚਿੰਤਾ ਹੈ ਕਹਿੰਦਾ ਕਾਹਦੀ ਚਿੰਤਾ ਹੁਣ ਮੈਂ ਤੈਨੂੰ ਗੋਲੀਆਂ ਫੜਾਤੀਆਂ ਉਹ ਦੁੱਧ ਚ ਖਵਾ ਦੇ ਭਾਵੇਂ ਦਾਲ ਸਬਜ਼ੀ ਚ ਖਵਾ ਦੇ ਹੁਣ ਕਾਹਦੀ ਚਿੰਤਾ ਕਹਿੰਦੀ ਜੀਤਿਆ ਅੱਜ ਤੋਂ ਬਾਅਦ ਕਦੇ ਵੀ ਰਾਤ ਨੂੰ ਤੂੰ ਆਪਦੀ ਭੈਣ ਦੇ ਹੱਥੋਂ ਦੁੱਧ ਚਾਹ ਜਾਂ ਰੋਟੀ ਨਾ ਖਾ ਕਹਿੰਦਾ ਕਿਉਂ ਕਹਿੰਦੀ ਮੈਂ ਵੀ ਕਿਸੇ ਦੀ ਭੈਣ ਹਾਂ ਮੈਂ ਵੀ ਕਿਸੇ ਦੀ ਭੈਣ ਹੈ ਜਿਹੜੇ ਭਰਾ ਨੂੰ ਜਿਹੜੇ ਪਿਓ ਨੂੰ ਮਾਂ ਬਾਪ ਨੂੰ ਤੂੰ ਗੋਲੀਆਂ ਖਾਣ ਨੂੰ ਦੇ ਰਿਹਾ ਨਸ਼ਾ ਦੇ ਰਿਹਾ ਤੇ ਹੋ ਸਕਦਾ ਤੇਰੀ ਭੈਣ ਨੂੰ ਕੋਈ ਹੋਰ ਗੋਲੀਆਂ ਫੜਾਈ ਜਾਂਦਾ ਹੋਵੇ ਵੀ ਜੀਤੇ ਦੇ ਪਰਿਵਾਰ ਨੂੰ ਤੇ ਜੀਤੇ ਨੂੰ ਜਾ ਕੇ ਦੇ ਦੇ ਤਾਂ ਭੈਣ ਜੀ ਦੁੱਖ ਸੁੱਖ ਨੇ ਇਹ ਸੱਥ ਕਰ ਲੈ ਤੇ ਇਹ ਸੱਥ ਭਰ ਲੈ ਤਾਂ ਹੀ ਕਹਿੰਦੇ ਕਿ ਕਿਸੇ ਨੂੰ ਸੋਹਣਾ ਬਟੂਆ ਲੱਗਦਾ ਗਿਣ-ਗਿਣ ਨੋਟ ਵਿਖਾਵੇ ਕਿਸੇ ਨੂੰ ਸੋਹਣਾ ਬਟੂਆ ਲੱਗਦਾ ਗਿਣ-ਗਿਣ ਨੋਟ ਵਿਖਾਵੇ ਕਿਸੇ ਨੂੰ ਸੋਹਣਾ ਸੁਰਮਾ ਲੱਗਦਾ ਨੈਣਾ ਵਿੱਚ ਮਟਕਾਵੇ ਕਿਸੇ ਨੂੰ ਸੋਹਣਾ ਬਟੂਆ ਲੱਗਦਾ ਗਿਣ-ਗਿਣ ਨੋਟ ਵਿਖਾਵੇ ਕਿਸੇ ਨੂੰ ਸੋਹਣਾ ਸੁਰਮਾ ਲੱਗਦਾ ਨੈਣਾ ਵਿੱਚ ਮਟਕਾਵੇ ਮੁੱਟ ਕਦੀ ਮੂੰਹ ਚੱਲਦੇ ਆਏ ਅਕਲ ਸ਼ਕਲ ਦੇ ਝੇੜੇ ਮੁੱਟ ਕਦੀ ਮੂੰਹ ਚੱਲਦੇ ਆਏ ਅਕਲ ਸ਼ਕਲ ਦੇ ਝੇੜੇ ਉਹੀ ਉਹ ਸੂਰਤ ਸੋਹਣੀ ਢਿੱਲੋਂ ਜਿਹੜੀ ਮਨ ਨੂੰ ਭਾਵੇ ਉਹੀ ਉਹ ਸੂਰਤ ਸੋਹਣੀ ਢਿੱਲੋਂ ਜਿਹੜੀ ਮਨ ਨੂੰ ਭਾਵੇ ਪਰ ਜਦੋਂ ਬੰਬੀਹਾ ਬੋਲਦਾ ਹਿੰਦੀ 'ਚ ਪਪੀਹਾ ਕਹਿੰਦੇ ਆ ਬਾਣੀ ਦੇ ਅੰਦਰ ਵੀ ਇਹ ਹੈ ਕਿ ਸੁਣੀ ਮਾਲਕਾ ਮੇਰੀ ਕੂਕ ਪਪੀਹੇ ਵਾਲੀ ਪਪੀਹਾ ਇੱਕ ਛੋਟਾ ਜਿਹਾ ਜਿਹਨੂੰ ਆਪਾਂ ਬੰਬੀਹਾ ਕਹਿ ਦਿੰਦੇ ਹਾਂ ਛੋਟਾ ਜਿਹਾ ਇੱਕ ਪੰਛੀ ਹੈ ਜੀ ਸਹੀ ਮਾਇਨੇ 'ਚ ਜਦੋਂ ਇਹ ਬੋਲਦਾ ਇਹਦੀ ਆਵਾਜ਼ ਇੰਨੀ ਤਿੱਖੀ ਹੈ ਇੰਨੀ ਤਿੱਖੀ ਹੈ ਕਿ ਅੱਗੇ ਸੱਥਾਂ 'ਚ ਜਾਂ ਰਾਤ ਨੂੰ ਘਰਾਂ 'ਚ ਪਏ ਬਜ਼ੁਰਗ ਜਦੋਂ ਬੰਬੀਹਾ ਪਪੀਹਾ ਬੋਲਦਾ ਇੰਨੀ ਤਿੱਖੀ ਆਵਾਜ਼ 'ਚ ਤੇ ਸਿਆਣੇ ਬੰਦੇ ਇੱਕ ਦੂਜੇ ਨੂੰ ਕਹਿ ਦਿੰਦੇ ਵੀ ਭਾਈ ਕੋਈ ਨਾ ਕੋਈ ਵਾਕਾ ਤੇ ਕੋਈ ਨਾ ਕੋਈ ਭਚਾਲ ਹੈ ਜਿਹੜਾ ਆਉਣ ਵਾਲਾ ਹੈ ਪਪੀਹਾ ਬੋਲੀ ਜਾਂਦਾ ਤੇ ਸਿਰਫ ਉਹਦੇ ਬੋਲਣ ਦਾ ਮਤਲਬ ਕੀ ਹੁੰਦਾ ਸੀ ਭੈਣ ਜੀ ਇੱਥੇ ਤਾਲੂਏ 'ਚ ਇੱਕ ਸੁਰਾਖ ਹੁੰਦਾ ਇੱਕੋ ਹੀ ਛੋਟਾ ਜਿਹਾ ਸੁਰਾਖ ਹੁੰਦਾ ਛੋਟਾ ਜਿਹਾ ਪੰਛੀ ਹੁੰਦਾ ਤੇ ਉਦੋਂ ਬੋਲਦਾ ਜਦੋਂ ਉਹਨੂੰ ਪਿਆਸ ਲੱਗਦੀ ਹੈ ਉਹ ਸਾਲ ਬਾਅਦ ਬੋਲੇ ਉਹ 2 ਸਾਲਾਂ ਬਾਅਦ ਬੋਲੇ ਉਹਦੇ ਆਵਾਜ਼ 'ਚ ਇੰਨਾ ਕੁ ਦਰਦ ਹੁੰਦਾ ਇੰਨੀ ਕੁ ਤਿੱਖੀ ਹੁੰਦੀ ਹੈ ਕਿ ਉਹਦੀ ਆਵਾਜ਼ ਜਦੋਂ ਧੁਰ ਦਰਗਾਹ ਤੱਕ ਪਹੁੰਚਦੀ ਹੈ ਫਿਰ ਮੀਂਹ ਪੈਂਦਾ ਤੇ